संजय कपड़े का हम सामने एक गुरु साहब जी भी आ गया जिन्हें 70 केसन गेहूं ना लगा रहे 70 धारी होना अच्छे केसा रखना कृपान पहननी सहरा कंधा कड़ा कृपान इन्हों चीजा पहनना यह गुरु साहब जी की मर्यादा है। यह मर्यादा महाराज ने दर्शाना की है किसी भी धर्म के वक्ो वक्रे दुनिया के धर्म हैं बुद्ध धर्म है मुसलमान धर्म हिंदू धर्म है जेड़े जेड़े लोग भी आपको अपने पीर पैगंबर मानते हैं अज तक किसी ने दुनिया में आ करके अपने कालक सूत को नहीं उधारिया जेड़े लोग खेतों की गलती करते हैं पुछदे उन्होंने किड़े पीर पैगंबर मानते हैं कि सेवा करते हैं जिस करके वह कितने बदल ला करके वे वे खेत मनाते हैं ਨਿਰੰਜਾ ਜੀਤ ਹੋਏ ਹਨ ਨੌ ਰਾਤ ਹੋਏ ਚਰਾਸੀ ਸਿੱਧ ਹੋਏ ਹਨ ਅਤੇ ਇਸ ਤਰ੍ਹਾਂ ਛੇ ਗਤੀ ਹੋਏ ਹਨ ਛੇ ਵਿਸ਼ਨੂੰ ਦੇ ਅਵਤਾਰ ਹੋਏ ਹਨ ਅਤੇ ਕਿਤਨੇ ਪੀਰ ਪੈਗੰਬਰ ਦੁਨੀਆਂ ਤੋਂ ਹੋਏ ਹਨ ਜੇ ਕਿਸੇ ਦਾ ਇਤਿਹਾਸ ਕਰਕੇ ਤਾਂ ਕਿਸੇ ਨੇ ਕੇਸਾਂ ਦੀ ਜਰਨੀ ਨਹੀਂ ਕੀਤੀ ਹੈ ਇਸ ਕਰਕੇ ਕੇਸਾਂ ਦੀ ਜਰਨੀ ਨੇ ਕਰਨ ਤੇ ਮਹਾਰਾਜ ਚੰਦ ਜੀ ਦਾ ਦਸਵਾਂ ਅਤੇ ਜੇ ਅੰਮ੍ਰਿਤਧਾਰੀ ਹੋਣਾ ਗੁਰੂ ਕੇ ਲਾਲ ਲੱਗਣਾ ਗੁਰੂ ਨਾਨਕ ਦੇਵ ਮਹਾਰਾਜ ਦੇ ਹੁਕਮ ਹੈ ਗੁਰਮੁਖ ਨਾਮ ਦਾਸ ਇਸਨਾਮ ਇਹ ਗੁਰੂ ਸਾਹਿਬ ਜੀ ਦੀ ਮਰਿਆਦਾ ਹੈ ਗੁਰਸਿੱਖਾਂ ਨੂੰ ਮਹਾਰਾਜ ਜੀ ਦੇ ਅਸੂਲ ਬਖਸ਼ੇ ਹਨ ਕਿ ਗੁਰੂ ਸਾਹਿਬ ਕਿਹੜੇ ਅਸੂਲ ਧਾਰਨ ਕਰਨੇ ਹਨ ਗੁਰਮੁਖ ਨਾਮ ਦਾ ਇਸਨਾਮ ਨਾਮ ਦੱਸਣਾ ਦਾਨ ਕਰਨਾ ਅਤੇ ਇਸਨਾਮ ਕਰਨਾ ਇਹ ਅਸੂਲ ਗੁਰਸਿੱਖਾਂ ਵਾਸਤੇ ਹਨ ਗੁਰੂ ਅਰਜਨ ਦੇਵ ਜੀ ਨੇ ਕਥਨ ਕੀਤਾ ਹੈ ਗੁਰ ਸੇ ਰਹੋ ਔਰ ਨਾਮ ਧਿਆਓ ਤਿਆਗੋ ਮਨੋ ਗੁਰਬਾਣੀ ਗੁਰੂ ਕੀ ਸੇਵਾ ਕਰੋ ਅਤੇ ਨਾਮ ਧਿਆਉਣਾ ਕਰੋ ਨਾਮ ਜਪਣਾ ਕਰੋ ਮਨ ਚਾਹਣਾ ਕਰੋ ਨਿਰੰਤਰ ਕਾਲ ਚੁਕਾਉਣਾ ਕਰੋ ਇਹ ਗੁਰੂ ਸਾਹਿਬ ਦੀ ਚਾਲੀ ਹੈ ਇਹ ਮਰਿਆਦਾ ਹੈ ਮਹਾਰਾਜ ਜੀ ਦੇ ਸਾਹਿਬਾਂ ਜੀ ਦੀ ਇਸ ਮਰਿਆਦਾ ਅਨੁਸਾਰ ਚੱਲ ਕਰਕੇ ਗੁਰਸਿੱਖਾਂ ਨੇ ਆਪਣਾ ਜੀਵਨ ਬਤੀਤ ਕਰਨਾ ਹੈ ਖਾਲਸਾ ਜੀ ਜਿਸਾ ਜਿਹੜਾ ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਦਰਸਾਏ ਹੋਏ ਮਰਿਆਦਾ 'ਚ ਨਹੀਂ ਨਾ ਆਉਂਦੇ ਉਤਨਾ ਚਿਰ ਮਹਾਰਾਜ ਦੇ ਪਾਤਸ਼ਾਹ ਨੇ ਆਪਣੀ ਸਹਾਇਤਾ ਨਹੀਂ ਕਰ ਸਕਦੇ ਕਿਉਂਕਿ ਜੇ ਸਭ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਰੇ ਗਏ ਸਨ ਭਾਈ ਦਾਸ ਸਿੰਘ ਜੀ ਨੇ ਮਹਾਰਾਜ ਜੀ ਬੇਨਤੀ ਕੀਤੀ ਗੁਰੂ ਸਾਹਿਬ ਦੀ ਕਿਰਪਾ ਕਰੋ ਜੇ ਮੇਰੇ ਤੋਂ ਪਸੰਦ ਹੋਏ ਵਾਲਾ ਮੈਨੂੰ ਆਪਣਾ ਪਿਆਰ ਦੇਣਾ ਕਰੋ ਮਹਾਰਾਜ ਦੇ ਪਾਸ ਆਪਣੇ ਨਾਲ ਲਾਉਣਾ ਕਰੋ ਸਤਿਗੁਰੂ ਜੀ ਕਹਿ ਲਵੇ ਗੁਰਸਿੱਖਾ ਪਹਿਲਾ ਸੁਚੇਤ ਰੱਖਣਾ ਕਰ ਅਤੇ ਤਮਾਕੂ ਛੱਡਣਾ ਕਰ ਮਹਾਰਾਜ ਕਿਰਪਾ ਚਲੋ ਤੰਬਾਕੂ ਨੂੰ ਛੱਡ ਦਿੰਦਾ ਤੇ ਇਹ ਜਗਤ ਨੂੰ ਮੰਨਣ ਦੀ ਹੈ ਇਸ ਕਰਕੇ ਖਾਣ ਕਰਕੇ ਜੀ ਨੂੰ ਨਕਾ ਚੁਕਾਇਆ ਪੈਂਦਾ ਹੈ ਪਰ ਜੋ ਕੇਸ ਰੱਖਣ ਵਾਸਤੇ ਆਪ ਜੀ ਨੇ ਕਿਹਾ ਇਸਦਾ ਕੀ ਮਤਲਬ ਹੈ ਕੀ ਭਾਵ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਜੇ ਸਾਡਾ ਸਿਰ ਕਿਤੇ ਭੁੱਲ ਭੁਲੇਖੇ ਜਾਂ ਕੋਈ ਗਲਤੀ ਦੇ ਆ ਰਹੀ ਅੰਜਾਨ ਕੋਲੋਂ ਕਿਸੇ ਕੋਲ ਗਲਤੀ ਹੋ ਜਾਵੇ ਕਰਮਾ ਮਤ ਹੋ ਕਰਕੇ ਨਰਸਾ ਵਿੱਚ ਜਾ ਕਰਕੇ ਪੈ ਜਾਵੇ ਗਾਵਾਂ ਤਾਂ ਅਸੀਂ ਕੇਸਾਂ ਨੇ ਪਛਾੜ ਕਰਕੇ ਨਰਸਾ ਉੱਪਰ ਕੱਢ ਲਵਾਂਗੇ ਐਸੀ ਬਸਤੀ ਮਹਾਰਾਜ ਨੇ ਉੱਤੇ ਕੀਤੀ ਕਹਿਣ ਲੱਗਾ ਮਹਾਰਾਜ ਸਾਹਿਬ ਜੀ ਮੈਂ ਕਿਵੇਂ ਜਾਣਾ ਕਿ ਆਪ ਵੀ ਕੱਢ ਲਵੋਗੇ ਨਰਸਾ ਦੇ ਵਿੱਚੋਂ ਗੁਰੂ ਸਾਹਿਬ ਕਹਿਣ ਲੱਗੇ ਅੱਖਾਂ ਬੰਦ ਕਰ ਅੱਖਾਂ ਬੰਦ ਕੀਤੀਆਂ ਤਾਂ ਦੂਜੇ ਪਿਆ ਦੂਜੇ ਪਾਤਸ਼ਾਹ ਕਲਗੀ ਕਰ ਪਾਤਸ਼ਾਹ ਜੀ ਦਿਖੇ ਹਨ ਬਿਨ ਕੇਸਾਂ ਤੋਂ ਹਰੇ ਕੌਣ ਸਦਾਏ ਹੈ ਕੇਸਾਂ ਤੋਂ ਬਗੈਰ ਜਿਹੜੇ ਜੀਵਾਂ ਨੂੰ ਕੁੱਟਿਆ ਜਾ ਰਿਹਾ ਲੜਕਾਂ ਦੇ ਵਿੱਚ ਚੰਗਰਾ ਮਾਰਨ ਕੌਣ ਛਡਾਉਣ ਵਾਲਾ ਕੋਈ ਵੀ ਨਹੀਂ ਛਡਾ ਸਕਦਾ ਹੈ ਗੁਰੂ ਸਾਹਿਬ ਜੀ ਅੱਖਾਂ ਖੋਲੀਆਂ ਹਜ਼ੂਰੀ ਵਿੱਚ ਬੇਨਤੀ ਕੀਤੀ ਮਹਾਰਾਜ ਚੰਦ ਜੀ ਆਪ ਜੀ ਦਾ ਹੁਕਮ ਮੈਂ ਕਦੀ ਵੀ ਨਹੀਂ ਪੁਛਤਾਵਾਂਗਾ ਹੁਕਮ ਜ਼ਰੂਰ ਮੰਨਾਂਗਾ ਜਾਂ ਕੋਈ ਕੇਸਾਂ ਨਹੀਂ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਬੇਨਤੀ ਨਹੀਂ ਕਰਾਂਗਾ ਸਾਬਤ ਸੂਤ ਰੱਬ ਬਣਾਈ ਬੇਈਮਾਨ ਨੇ ਧਨ ਗਵਾਈ ਜਾਂ ਕੋਈ ਸੂਤ ਕਲਗੀ ਧਰ ਪਾਤਸ਼ਾਹ ਕਹਿੰਦੇ ਹਨ ਸਾਬਤ ਸੂਤ ਰੱਬ ਦੀ ਭੰਨੇ ਬੇਈਮਾਨ ਦਰਗਾਹ ਝੋਈ ਨਾਮ ਲੈ ਸਾਬਤ ਕੁੱਤਾ ਸ਼ੈਤਾਨ ਕੁੱਤੇ ਦੀ ਤਰ੍ਹਾਂ ਸ਼ੈਤਾਨ ਘੂਟਣੇ ਦੀ ਤਰ੍ਹਾਂ ਅਤੇ ਕਾਫਰ ਉਸਨੂੰ ਕਹਿੰਦੇ ਹਨ ਮੁਸਲਮਾਨ ਲੋਕ ਜਿਹੜਾ ਧਰਮ ਦੇ ਵਿੱਚ ਉਹਨਾਂ ਦੇ ਵਿੱਚੋਂ ਬੇਦਖਲ ਹੋਇਆ ਹੋਵੇ ਨਾ ਉਸਨੂੰ ਕਾਫਰ ਕਿਹਾ ਜਾਂਦਾ ਹੈ ਸੋ ਇਹ ਮਹਾਰਾਜ ਜੀ ਕੁੱਤੇ ਪ੍ਰਤੀ ਸ਼ਬਦ ਵਰਤੇ ਹਨ ਜਿਹੜਾ ਮਨੁੱਖ ਅਕਾਲ ਤੋਂ ਸਿਵਾਏ ਬੰਦੇ ਸਾਬਤ ਸੂਤ ਬਣਾਈ ਹੋਈ ਧਰਮ ਲੈਂਦਾ ਹੈ ਨਾ ਗੁਰੂ ਸਾਹਿਬ ਜੀ ਨੇ ਇਹੋ ਤੱਕ ਬਚਨ ਕਰੇ ਹਨ ਸਿੱਖੀ ਧਰਮ ਜਿਹੜਾ ਹੈ ਸੰਸਾਰ ਉੱਤੇ ਸ੍ਰੇਸ਼ਟ ਕਿਵੇਂ ਹੈ ਸਾਰਿਆਂ ਧਰਮਾਂ ਦੇ ਨਾਲ ਸੁੱਚਾ ਧਰਮ ਤੇ ਕਿਵੇਂ ਹੈ ਖਾਲਸਾ ਜੀ ਹਿੰਦੂ ਧਰਮ ਹੈ ਹਿੰਦੂ ਧਰਮ ਦੇ ਵਿੱਚ ਸਵਰਗ ਆਲਕ ਦੇ ਲਾਲ ਦਿੱਤੇ ਜਾਂਦੇ ਹਨ ਤੇ ਸਾਡੇ ਧਰਮ ਵਿੱਚ ਆ ਜਾਓ ਅਤੇ ਤੁਹਾਨੂੰ ਸਵਰਗ ਦਾ ਸੁੱਖ ਮਿਲ ਜਾਵੇਗਾ ਉਸ ਧਰਮ ਵਿੱਚ ਆਉਣ ਵਾਸਤੇ ਲਾਲ ਦਿੱਤੇ ਜਾਂਦੇ ਹਨ ਮੁਸਲਮਾਨ ਧਰਮ ਦੇ ਵਿੱਚ ਕਹਿੰਦੇ ਹਨ ਕਿ ਤੁਹਾਨੂੰ ਹੂਰਾ ਮਿਲਣਗੀਆਂ ਸੁੱਧ ਮਿਲਣਗੇ ਸਵਰਗਾਂ ਦੇ ਵਿੱਚ ਸਾਡੇ ਧਰਮ ਦੇ ਵਿੱਚ ਆ ਜਾਓ ਜਿਹੜਾ ਮੁਸਲਮਾਨ ਸੁਨਤ ਕਰਾ ਕੇ ਮੁਸਲਮਾਨ ਬਣਦਾ ਹੈ ਅਤੇ ਹਿੰਦੂ
इसी तरह मत्थे से चिड़चिड़ा के गल में जिमिल पा करके सिर से गोदी खा करके हिंदू बन जाता है। पर सिद्ध किवें बनता है? खालसा जी ना तो कोई हिंदू जमदा है अते ना कोई मुसलमान जमदा, क्योंकि मुसलमान बनता सूत खा करके अते हिंदू बनता है केस मना के टोपी अपने गोदी रख करके अते इस तरह वो जनेऊ पा करके सिर चढ़ा करके जन्म तो बचड़े नहीं होता है, जन्म तो कितने केस नहीं मुंडे हुए होंगे हैं, अच्छे जन्म तो किसी की गोदी नहीं होंगी है, जन्म तो किसी जनेऊ नहीं पाया, इस करके हिंदू भी कोई नहीं जाता। जे अभी हिंदू का हिंदू अक्षर का अर्थ लैना करिए ना तो बड़ा कोझा जहा अर्थ बनता है। हिंदू का अर्थ अरबी के चोर को कहते हैं, हिंदू चोर को कहते हैं अरबी के। बाप दस्या करते सन कि पुराने समय के एक बार तो दैवता का वेतन युद्ध होया, जो जिन्हों की हार होनी उन्होंने हिंदू हिंदू कह लगे कि चोर हो करके भज गए हैं जंग के विचों। इस करके उदों तो यह चोर शब्द हिंदू शब्द दुनिया में प्रसिद्ध होया है। चोर को हिंदू कहा जाता है अरबी के। इस करके हिंदू भी कोई नहीं जानता, मुसलमान भी कोई नहीं जमता है, मुसलमान सूत करा के मुसलमान बनता है, इस करके मुसलमान भी कोई नहीं जमता है। जे एक सिखा का बच्चा ला करके एक हिंदुआ मुसलमान का बच्चा ला करके छोटे होंगे इको थे पाया जा रहे और फिर बाद में जवान हो जाए अमृत दुनिया के झंडा जाए तो सिखे जाए कौन है? सारे काम के सरदार भी खड़े हैं। इस करके कोई हिंदू और कोई मुसलमान जरूर हिंदू है। इस करके परमात्मा ने बच्चा सिख को बनाया करके दुनिया में किसे भी तरह जाओ संसार के किसी विशेष मंदिर के इसे तरह लंगर आदि नहीं मिलेगा। गुरु घर के गुरुद्वारे किसी नदी चले जाओ लंगर मिलेगा, सबू संजा संसार मिलेगा। इस करके सिखी धर्म मथरा अच्छे उचा है। फिर इसे तरह सिखी धर्म उचा है कि किसी सिख पैगंबर ने हिंदू और मुसलमान धर्म की कर रहे हैं जिस जगह से मुसलमान नमाज पढ़ रहा है और उसके सामने बरूबर से बैठ करके नमाज नहीं पढ़ सकती, पर्दे होकर के नमाज पढ़ सकती है। खालसा धर्म के गुरुद्वारा साहब आकर के माई के भाई इको जहा सरकार है। देखो बीबिया एक पासे बैठिया हुई हैं, गुरु के खालसे एक पासे बैठे हुए हैं। इस करके सिखी धर्म सब नालों उच्चा अते सब नालों वड्डा है, सब नालों श्रोमणी है। गुरु साहब गुरु नानक देव जी ने बचन पूछा सो क्यों मंदा आखिया जिस जन्ना है राजा। इस करके बीबिया गुरु साहब महाराज के पास जिन्हें नाम चढ़ाने वास्ते पति धर्म पतिवर धर्म जगह प्रपत्त रहेंगे उन्होंने गुरु के खालसे का बरूबर का दर्जा महाराज तक देना किया है। इस करके सिखी धर्म उच्चा है। हिंदू धर्म के सिख करते हैं जो उन्होंने जो देवरे हैं मंदिर हैं उन्होंने उन्होंने औरत मथा टेक नहीं जा सकती है। सिखी धर्म के गुरु घर के सबू सचे पाठ दरबार सब कुछ हो जाए हक है। सारे बीबिया और सिंह आ करके मथा टेकते हैं। इस करके सिखी धर्म सारे उच्चा है। कई लोग कह चुके हैं गुरु गोबिंद सिंह का आशा होर सी, गुरु नानक देव जी महाराज जी का आशा होर सी, नहीं खालसा जी बिल्कुल एक आशा सी महाराज सिंह जी का, एक भारती महाराज साहब जी का। जो गुरु नानक देव जी ने पंथ छाया सतगुरु सच्चे पातशाह गुरु गोबिंद सिंह महाराज साहब ने 250 साल बाद खालसा पंथ महाराज सच्चे पातशाह जी ने जिस खालसा जी नहीं गुरु नानक देव महाराज साहब जी ने रखी थी, जिस जिला बिच गुरु नानक देव जी ने जिला बीज बीजिया दसवें पातशाह ने 250 साल बाद उस बिच में प्रफुल्लित कर दिता एन फट खुला दी। तो सतगुरु सच्चे पातशाह गुरु नानक देव जी का आशा थी। गुरु नानक देव जी ने वचन पीते सन जब तो प्रेम खिलन का चाओ फिर हसली गली गली आओ इस मार्ग पैर पूजा फिर जीजा कारना पूजा। किसी अपने धर्म में आने वास्ते लाज रूप दिता गया। गुरु नानक देव जी महाराज के पातशाह जी ने भाई गुरदास साहब जी ने भी यह वचन पीते हैं मारा सिक्का जगत में नानक निर्मल पंथ चलाया। गुरु नानक देव महाराज ने निर्मल पंथ तोड़िया है। गुरु नानक देव जी ने लाज नहीं दिता किसी ने कि साजे धर्म के आओ सिखी धर्म धारण करो। पहला वचन किया है जब तो प्रेम खिलन का चाहो। जेकर तुम गुरु साहब जी का अकाश प्रेम खिलना चाहते हो ना फिर तरह गली मेरी आओ।
ਗੁਰੂ ਗੋਬਿੰਦ ਸਿੰਘ ਨੇ ਪਤਾ ਤੁਹਾਨੂੰ ਕੀ ਕਿਹਾ ਸੀ ਜੇ ਦੀਵਾਨ ਸਜਿਆ ਹੋਇਆ ਸੀ ਖਾਲਸਾ